ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਕੋਟਕਪੂਰੇ ਤੋਂ 5 ਕਿਲੋਮੀਟਰ ਦੀ ਦੂਰੀ ਉੱਪਰ ਸਥਿਤ ਹੈ ਪਿੰਡ ਢਿੱਲਵਾਂ ਕਲਾਂ। ਇਸ ਸਥਾਨ 'ਤੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੋਂ ਦੇ ਰਹਿਣ ਵਾਲੇ ਸੋਢੀ ਕੌਲ ਅਤੇ ਉਸ ਦੇ 4 ਸਪੁੱਤਰਾਂ ਨੇ ਗੁਰੂ ਸਾਹਿਬ ਜੀ ਦੀ ਤਨਦੇਹੀ ਨਾਲ ਸੇਵਾ ਕੀਤੀ। ਗੁਰੂ ਜੀ ਨੇ ਤਲਵੰਡੀ ਸਾਬੋ ਪਹੁੰਚ ਕੇ ਇਹਨਾਂ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇੱਥੇ ਹੀ ਗੁਰੂ ਸਾਹਿਬ ਨੇ ਸੋਢੀ ਕੌਲ ਦੀ ਬੇਨਤੀ 'ਤੇ ਨੀਲੇ ਵਸਤਰ ਜੋ ਕਿ ਮਾਸੀਵਾੜੇ ਤੋਂ ਉੱਚ ਦਾ ਪੀਰ ਬਣਨ ਸਮੇਂ ਪਹਿਨੇ ਸਨ ਉਹ ਉਤਾਰੇ ਅਤੇ ਇੱਥੇ ਚਿੱਟੇ ਰੰਗ ਦੇ ਵਸਤਰ ਪਹਿਨੇ। ਨੀਲੇ ਰੰਗ ਦੀ ਚਾਦਰ ਨੂੰ ਗੁਰੂ ਮਹਾਰਾਜ ਜੀ ਨੇ ਅਗਨ ਭੇਂਟ ਕੀਤਾ ਅਤੇ ਬਾਕੀ ਵਸਤਰ ਨਿਸ਼ਾਨੀ ਦੇ ਤੌਰ 'ਤੇ ਸੋਢੀ ਕੌਲ ਨੂੰ ਦੇ ਦਿੱਤੇ, ਜੋ ਕਿ ਅੱਜ ਵੀ ਉਹਨਾਂ ਦੀ ਵੰਸ਼ ਦੇ ਕੋਲ ਮੌਜੂਦ ਹਨ। ਗੁਰੂ ਸਾਹਿਬ ਨੇ ਨੀਲੀ ਚਾਦਰ ਅੱਗ ਵਿੱਚ ਸਾੜਨ ਸਮੇਂ ਬਚਨ ਕੀਤੇ, ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਜਿਸ ਬੇਰੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਘੋੜਾ ਬੰਨਿਆ ਸੀ ਉਹ ਬੇਰੀ ਅੱਜ ਵੀ ਇੱਥੇ ਮੌਜੂਦ ਹੈ। ਵਿਸਾਖੀ ਦਾ ਤਿਉਹਾਰ ਅਤੇ ਹੋਰ ਗੁਰਪੁਰਬ ਇੱਥੇ ਬਹੁਤ ਹੀ ਧੂਮਧਾਮ ਦੇ ਨਾਲ ਮਨਾਏ ਜਾਂਦੇ ਹਨ। ਸੰਗਤਾਂ ਦੇ ਲਈ ਇਸ਼ਨਾਨ ਦੇ ਲਈ ਬਹੁਤ ਹੀ ਸੋਹਣਾ ਸਰੋਵਰ ਇੱਥੇ ਮੌਜੂਦ ਹੈ। ਇੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਨੂੰ ਚਲੇ ਗਏ। ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਤੁਹਾਨੂੰ ਹੋਰ ਧਾਰਮਿਕ ਗੁਰਦੁਆਰੇ ਸਾਹਿਬਾਂ ਦੀ ਜਾਣਕਾਰੀ ਮਿਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।